जी पंजाब टेलीविजन के सारे दर्शकों चंडीगढ़ स्टूडियो तो सुशील रसाई जी बहुत बहुत प्यार सत श्री अकाल जी आदाब जी नमस्कार जी। हेलो हेलो आवाज क्लीयर नहीं आ रही सां साहब थोड़ी आवाज नहीं क्लीयर आ रही हूं ठीक है हूं ठीक है हाँ जी हाँ जी नहीं आ रही मैं दोबारा कर दा जी ओके थैंक यू एक ब्रेक ला रही है ब्रेक तो बाद हुणे फिर लाइन द्वारा असीं कमांदे क्योंकि लाइव करदे हुंदे इस करके थोड़ी जी डिस्टर्बेंस आ रही जी हाँ पिज़्ज़ा डिपो पिज़्ज़ा विद अनफॉरगेटेबल टेस्ट यम है हम तेरा समय खत्म होया चल मेरे नाल यमराज जी मेरी आखरी इच्छा पूरी कर दियो की है तेरी आखरी इच्छा मैं समोसा खाना चाहनी हां ओ जा छड़ने आखरी टाइम पे मंगया भी की आलू वाला समोसा आलू वाला नहीं यमराज जी नॉन वेज फ्लेवर्ड समोसा स्वीट महल दा विद वखरी चटनी ते वखरा स्वाद स्वीट महल कॉल 416-679-9191 ਸਾਂਝਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਰਾਣੋ ਕੰਗ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਸੇ ਵੀ ਭੈਣ ਨੇ ਆਪਣੇ ਮਨਪਸੰਦ ਦਸਾਂ ਸਾਹਿਬ ਦਿਨੋਂ ਦਿਨ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿ ਕਰੋਨਾ ਦੇ ਕੇਸ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਭਾਰਤ ਦੇ ਵਿੱਚ ਮੌਤਾਂ ਦੀ ਗਿਣਤੀ 2 ਲੱਖ ਤੋਂ ਵੀ ਉੱਪਰ ਟੱਪ ਚੁੱਕੀ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਬਹੁਤ ਚਿੰਤਾ ਤੇ ਫਿਕਰ ਵਾਲੀ ਖ਼ਬਰ ਹੈ ਤੇ ਹੁਣ ਇਹ ਨਹੀਂ ਹੈ ਕੋਈ ਅੱਜ ਦੀ ਖ਼ਬਰ ਹੈ ਰੋਜ਼ ਹੀ ਖ਼ਬਰਾਂ ਇਸੇ ਢੰਗ ਨਾਲ ਸਾਡੇ ਸਾਹਮਣੇ ਆ ਰਹੀਆਂ ਅਸੀਂ ਮੈਂ ਤੇ ਬਹੁਤ ਤੁਹਾਡੇ ਨਾਲ ਪੰਜਾਬ ਟੈਲੀਵਿਜ਼ਨ ਦੇ ਉੱਤੇ ਨਿਊਜ਼ ਸੈਗਮੈਂਟ 'ਚ ਹੈ ਤੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ 905-458-4544 ਤੇ ਕਾਲ ਕਰ ਸਕਦੇ ਹੋ ਸੋ ਗੱਲ ਇਹ ਹੈ ਬਾਬ ਜੀ ਵੀ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਮਰੀਜ਼ਾਂ ਦੀ ਤਾਦਾਦ ਵੱਧ ਰਹੀ ਹੈ ਮੌਤਾਂ ਦੀ ਤਾਦਾਦ ਵੱਧ ਰਹੀ ਹੈ ਅੱਜ ਵੀ 3,19,000 ਨਵੇਂ ਮਰੀਜ਼ ਮਿਲੇ ਹੈ 2,762 ਹੋਰ ਜਾਨਾਂ ਗਈਆਂ ਤੇ ਇਨ ਬਿਟਵੀਨ 2,48,000 ਮਰੀਜ਼ ਜਿਹੜੇ ਹੈ ਉਹ ਜਿਹੜੇ ਪੁਰਾਣੇ ਪੇਸ਼ੈਂਟ ਸੀ ਉਹ ਠੀਕ ਹੋ ਰਹੇ ਆ ਇੱਥੇ ਜੀ ਪੰਜਾਬ ਦੇ ਵਿੱਚ ਵੀ ਲਗਾਤਾਰ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਰਿਕਾਰਡ ਮੌਤਾਂ ਹੋਈਆਂ ਇੱਕ ਦਿਨ ਦੇ ਵਿੱਚ 98 ਪਹਿਲੀ ਵਾਰ ਤੇ 6,318 ਨਵੇਂ ਮਰੀਜ਼ ਆਏ ਹੈ ਓਵਰਆਲ ਜਦੋਂ ਅਸੀਂ ਇਹ ਸਿਚੁਏਸ਼ਨ ਨੂੰ ਦੇਖ ਰਹੇ ਹਾਂ ਵਾਚ ਕਰ ਰਹੇ ਹਾਂ ਤਾਂ ਫਿਕਰ ਤੇ ਚਿੰਤਾ ਤਾਂ ਲਾਜ਼ਮੀ ਹੈ ਪਰ ਨਾਲ ਦੀ ਨਾਲ ਗੱਲ ਇਹ ਹੈ ਵੀ ਉਹਦਾ ਸਮਾਂ ਸ਼ਾਇਦ ਹੋਰ ਭਿਆਨਕ ਹੋ ਸਕਦਾ ਹੈ ਮੈਨੂੰ ਇਹ ਲੱਗ ਰਿਹਾ ਵੀ 30 ਅਪ੍ਰੈਲ ਤੋਂ ਬਾਅਦ ਸ਼ਾਇਦ ਇੱਕ ਵਾਰ ਫਿਰ ਸਾਰੇ ਮੁਲਕ ਨੂੰ ਜਿਹੜਾ ਆ ਬੰਦ ਕਰ ਦਿੱਤਾ ਜਾਏਗਾ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਜਦੋਂ ਕੋਰੋਨਾ ਵਾਇਰਸ ਦਾ ਹਮਲਾ ਹੋਇਆ ਮਰੀਜ਼ ਆਉਣੇ ਸ਼ੁਰੂ ਹੋਏ ਸਾਡੇ ਸਿਰਫ 500 ਮਰੀਜ਼ ਸੀ 550 ਮਰੀਜ਼ ਭਾਰਤ ਦੇ ਵਿੱਚ ਸਾਰੇ ਦੇਸ਼ ਨੂੰ 3 ਘੰਟਿਆਂ ਦੀ ਮੋਹਲਤ ਦੇ ਕੇ ਬੰਦ ਕਰ ਦਿੱਤਾ ਗਿਆ ਲਾਕਡਾਊਨ ਸਾਰੇ ਮੁਲਕ 'ਚ ਕਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਕੀ ਤਮਾਸ਼ੇ ਤੁਹਾਨੂੰ ਪਤਾ ਅੱਜ ਪਿਛਲੇ 10 ਦਿਨ ਤੋਂ ਲਗਾਤਾਰ 3 ਲੱਖ ਤੋਂ ਜ਼ਿਆਦਾ ਕੇਸ ਆ ਰਹੇ ਨੇ ਤੇ ਹੁਣ ਵੀਕਐਂਡ ਲਾਕਡਾਊਨ ਹੈ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਇੱਥੇ ਰੋਜ਼ ਸ਼ਾਮੀ 6 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ ਨਾਈਟ ਕਰਫਿਊ ਹੈ ਵੀਕਐਂਡ ਲਾਕਡਾਊਨ ਹੈ ਤੇ ਇਹਦੇ ਦੇਸ਼ ਦੇ ਬਹੁਤੇ ਹਿੱਸਿਆਂ 'ਚ ਹੈ ਤੇ ਮੈਨੂੰ ਇਹ ਲੱਗ ਰਿਹਾ ਕਿ 30 ਅਪ੍ਰੈਲ ਨੂੰ ਜਦੋਂ ਆਖਰੀ ਵੋਟ ਪੈ ਜਾਏਗੀ ਉਸ ਤੋਂ ਬਾਅਦ ਅਚਾਨਕ ਪ੍ਰਗਟ ਹੋ ਸਕਦੇ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੈਲੀਵਿਜ਼ਨ ਦੀਆਂ ਸਕਰੀਨਾਂ ਤੇ ਫਿਰ ਤੋਂ ਇਸ ਮੁਲਕ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਹੋ ਸਕਦਾ ਹੈ ਜਾਂ 2 ਮਈ ਤੋਂ ਬਾਅਦ ਵੀ ਇਹ ਸਾਰੀਆਂ ਚੀਜ਼ਾਂ ਹੋਣਗੀਆਂ 2 ਮਈ ਨੂੰ ਵੋਟਾਂ ਦੀ ਗਿਣਤੀ ਹੈ ਪਰ ਮਸਲਾ ਇਹ ਹੈ ਕਿ ਠੀਕ ਹੈ ਪ੍ਰੀਕੋਸ਼ਨ ਦੇ ਤੌਰ ਦੇ ਉੱਤੇ ਜਿਵੇਂ ਹੁਣ ਇੰਗਲੈਂਡ ਨੇ ਲਗਾਤਾਰ 1.5 ਮਹੀਨਾ ਸਾਰਾ ਕੁਝ ਬੰਦ ਰੱਖਿਆ ਤੇ ਉਹਨਾਂ ਦੀ ਗੱਡੀ ਫਿਰ ਤੋਂ ਰਿੜ ਪਈ ਹੈ ਪੈਰਾਂ ਸਿਰ ਆ ਗਏ ਨੇ ਵੀ ਸ਼ਾਇਦ ਮੁਕੰਮਲ ਬੰਦ ਕਰਕੇ ਇੱਕ ਦੂਜੇ ਦਾ ਆਦਾਨ ਪ੍ਰਦਾਨ ਨਾ ਹੋਵੇ ਤੁਸੀਂ ਸਪਰੈਡ ਨਾ ਹੋਵੇ ਇਹ ਵਾਇਰਸ ਇਹ ਤੋਂ ਬਚਿਆ ਜਾ ਸਕਦਾ ਪਰ ਸਵਾਲ ਹੈ ਕਿ ਜਿਹੜੇ ਕਰੋਨਾ ਵਾਇਰਸ ਕਰਕੇ ਜਿਹੜੇ ਸੰਕਟ ਨੇ ਨਵੇਂ ਪੈਦਾ ਹੋਏ ਉਹਨਾਂ ਦਾ ਹੱਲ ਕੀ ਹੈ ਸਰਕਾਰ ਦੇ ਕੋਲ ਇਹ ਸਰਕਾਰ ਨੂੰ ਦੱਸ ਰਹੀ ਵੀ ਜਿਹੜਾ ਰੁਜ਼ਗਾਰ ਦੇ ਉੱਤੇ ਹਮਲਾ ਹੈ ਚਾਹੀਦਾ ਕੀ ਹੈ ਚਾਹੀਦਾ ਇਹ ਹੈ ਵੀ ਤੁਸੀਂ ਲੋਕਾਂ ਦਾ ਜਿਹੜਾ ਜੀਣ ਦਾ ਖਾਣ ਦਾ ਪੀਣ ਦਾ ਇਹ ਪ੍ਰਬੰਧ ਦਾ ਸਹੀ ਤਰੀਕੇ ਦਾ ਕਰੋ ਉਹ ਕਰਨ ਦੀ ਤਰ੍ਹਾਂ ਦੇ ਉੱਤੇ
जबरदस्ती एक किस्म का बंद ला के जा कुछ चीजियां जिहड़ियां पाबंदियां ला के ये सारिया चीजा जिहड़ियां नहीं सेट कीतियां जा सकदियां इहनू समझण की जरूरत है जिहड़ी नहीं समझी जा रही। चाहिदा है लोगों नू 24 घंटे दवाइयां चाहीदियां ऑक्सीजन चाहिदा है खाण पीन का समान चाहिदा है होर लोड़ का समान चाहिदा है। लॉकडाउन या कर्फ्यू इहदा हल नहीं है। लोगों दीआं लोड़ां दा प्रबंध करके इहदे हल कढे जा सकदे आ। लॉकडाउन जे लाउणा ही आ तां फिर जिहड़ा दवाइयां दी ब्लैक हो रही है उत्ते लगे लॉकडाउन, जिहड़ा ऑक्सीजन दी ब्लैक हो रही है, जिहड़ा होर बहुत चोर मोड़ियां राहीं जिहड़ा ऑक्सीजन नां दे उत्ते बिजनेस हो रहा है ਤੇ ਹਸਪੀਟਲ ਦੇ ਵਿੱਚ ਜਿਸ ਢੰਗ ਦੇ ਨਾਲ ਕਮੀਆਂ ਪੇਸ਼ੀਆਂ ਪਾਈਆਂ ਜਾ ਰਹੀਆਂ ਕਿਤੇ ਬੈੱਡ ਨਹੀਂ ਹੈ ਕਿਤੇ ਡਾਕਟਰ ਨਹੀਂ ਹੈ ਕਿਤੇ ਆਕਸੀਜਨ ਨਹੀਂ ਹੈ ਉਹਦਾ ਪ੍ਰਬੰਧ ਕਰਨ ਦੀ ਪਹਿਲਾਂ ਜ਼ਰੂਰਤ ਹੈ। ਫਿਰ ਲੋਕਡਾਊਨ ਵੀ ਲਾ ਲਓ, ਲੋਕਡਾਊਨ ਲਾ ਲਓ ਕੋਈ ਗੱਲ ਨਹੀਂ, ਪਰ ਲੋਕਾਂ ਦੇ ਰੁਜ਼ਗਾਰ ਦਾ ਕੀ ਬਣੇਗਾ, ਉਹ ਆਪਣੇ ਦੋ ਵਕਤ ਦੀ ਰੋਟੀ ਕਿੱਦਾਂ ਖਾਣਗੇ, ਇਹਦਾ ਕੋਈ ਨਕਸ਼ਾ ਭਾਰਤ ਦੀ ਸਰਕਾਰ ਕੋਲ ਨਹੀਂ ਹੈ। ਜਾਨ ਸਾਹਿਬ ਉਸ ਦੇ ਨਾਲ ਇੱਕ ਖਬਰ ਆ ਰਹੀ ਸੀ ਕਿ ਕਿਸਾਨ ਜਿਹੜੇ ਬਾਰਡਰ 'ਤੇ ਬੈਠੇ ਨੇ ਉਹਨਾਂ ਕਰਕੇ ਆਕਸੀਜਨ ਬਹੁਤ ਸਾਰੀ ਜਗ੍ਹਾ 'ਤੇ ਨਹੀਂ ਪਹੁੰਚੀ, ਇਹ ਕਿੱਦਾਂ ਹੋ ਸਕਦਾ? ਬਿਲਕੁਲ ਗਲਤ ਹੈ, ਇਹ ਅਫਵਾਹਾਂ ਨੇ। ਸਰਕਾਰ ਵੱਲੋਂ ਕੁਝ ਏਜੰਸੀਆਂ ਜਿਹੜੀਆਂ ਐਕਟਿਵ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਂਦੀਆਂ। 5,000 ਦੇ ਕਰੀਬ ਬੰਦਾ ਭਾਰਤੀ ਜਨਤਾ ਪਾਰਟੀ ਦਾ ਆਈਟੀ ਸੈੱਲ 'ਚ ਕੰਮ ਕਰ ਰਿਹਾ ਜਿਹੜਾ ਸਿਰਫ ਕਿਸਾਨ ਅੰਦੋਲਨ ਦੇ ਖਿਲਾਫ ਹੀ ਏਦਾਂ ਦੀਆਂ ਪੋਸਟਾਂ ਪਾਉਂਦਾ, ਵੀਡੀਓਜ਼ ਪਾਉਂਦਾ, ਝੂਠ ਤੂਫਾਨ ਫੈਲਾਉਂਦਾ। ਕਿਸਾਨਾਂ ਨੇ ਪਹਿਲੇ ਦਿਨ ਤੋਂ ਕਿਹਾ ਵੀ ਅਸੀਂ ਤਾਂ ਰਸਤੇ ਰੋਕੇ ਨੀ, ਅਸੀਂ ਤਾਂ ਬੈਠੇ ਆਰਾਮ ਨਾਲ। ਬੈਰੀਕੇਡਿੰਗ ਕਿਹਨੇ ਕੀਤੀ ਹੈ? ਕਿਸਾਨਾਂ ਨੇ ਕੀਤੀ ਹੈ। ਬੈਰੀਕੇਡਿੰਗ ਤਾਂ ਸਾਰੀ ਕੀਤੀ ਹੈ ਸਰਕਾਰ ਨੇ, ਜਿਹੜਾ ਆਉਣ ਜਾਣ ਦਾ ਇੱਕ ਰਸਤਾ ਖੋਲਿਆ ਹੋਇਆ ਸੀ ਉਹ ਵੀ ਸਰਕਾਰ ਨੇ ਬੰਦ ਕੀਤਾ। ਕਿਸਾਨਾਂ ਨੇ ਤਾਂ ਕਦੀ ਵੀ ਕੋਈ ਨਾ ਐਂਬੂਲੈਂਸ ਰੋਕੀ। ਮੈਂ ਤਾਂ ਉਸ ਅੰਦੋਲਨ ਦਾ ਹਿੱਸਾ ਰਿਹਾ, ਉੱਥੇ ਆਉਂਦਾ ਜਾਂਦਾ ਰਿਹਾ, ਹੁਣ ਵੀ ਜਾਵਾਂਗੇ। ਉੱਥੇ ਨਾ ਅੱਜ ਤੱਕ ਕੋਈ ਐਂਬੂਲੈਂਸ ਰੋਕੀ ਗਈ ਹੈ, ਸਗੋਂ ਉਚੇਚ ਕਰਕੇ ਵਲੰਟੀਅਰ ਜਿਹੜੇ ਆ ਕਿਸਾਨਾਂ ਦੇ ਉਹ ਐਂਬੂਲੈਂਸ ਨੂੰ ਲਗਾਉਂਦੇ ਆ ਤੇ ਆਕਸੀਜਨ ਕਿੱਦਾਂ ਕਿਸਾਨ ਰੋਕ ਦੇਣਗੇ? ਆਕਸੀਜਨ ਰੋਕਣ ਦਾ ਕੰਮ ਜਿਹੜਾ ਆ ਜਾਅਲੀ ਤਰੀਕੇ ਨਾਲ ਪੇਸ਼ ਕਰਕੇ ਏਦਾਂ ਦੀਆਂ ਵੈਬਸਾਈਟ ਜਿਹੜੀਆਂ ਬਣਾ ਕੇ ਵਟਸਐਪ ਦੇ ਉੱਤੇ ਫੇਕ ਕਿਸਮ ਦੀਆਂ ਵੀਡੀਓਜ਼ ਪਾ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਕਿਸਾਨਾਂ ਨੇ ਬਾਰ ਬਾਰ ਇਹ ਗੱਲ ਕਹੀ ਹੈ ਕਿ ਬੈਰੀਕੇਡਿੰਗ ਸਰਕਾਰ ਨੇ ਕੀਤੀ ਉਹ ਖੋਲ ਦੇਵੇ, ਅਸੀਂ ਤਾਂ ਇੱਕ ਪਾਸੇ ਬੈਠੇ ਹਾਂ, ਦੂਜਾ ਰਸਤਾ ਖੁੱਲ੍ਹਾ ਹੈ। ਜਿਹੜੀਆਂ ਐਮਰਜੈਂਸੀ ਸੇਵਾਵਾਂ ਆ ਉਹਦੇ ਵਾਸਤੇ, ਐਮਰਜੈਂਸੀ ਸਰਵਿਸ ਵਾਸਤੇ ਜਿਹਦੇ 'ਚ ਮੈਡੀਕਲ ਸਰਵਿਸ ਸਭ ਤੋਂ ਇੰਪੋਰਟੈਂਟ ਹੈ, ਉਹਦੇ ਵਾਸਤੇ ਕੋਈ ਰੋਕ ਨਹੀਂ ਹੈ। ਸਿਰਫ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੀ। ਸਾਹ ਸਾਹਿਬ ਕੱਲ੍ਹ ਦੀ ਖਬਰ ਹੈ ਕਿ ਦੀਪ ਸਿੱਧੂ ਦੀ ਜਿਹੜੀ ਰਿਹਾਈ ਹੋਈ ਹੈ ਉਸ ਬਾਰੇ ਕੀ ਖਬਰ ਹੈ ਤੁਹਾਡੇ ਕੋਲ? ਰਿਹਾਈ ਹੋ ਗਈ ਜੀ, ਅਸੀਂ ਕੱਲ੍ਹ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਸੀ ਵੀ ਜ਼ਮਾਨਤ ਹੋ ਗਈ, ਵੀ ਜਦੋਂ ਅਸੀਂ ਗੱਲ ਕਰ ਰਹੇ ਸੀ ਉਦੋਂ ਕਈ ਉਹਦੀ ਰਿਹਾਈ ਹੋਈ ਹੈ। ਰਿਹਾਈ ਤੋਂ ਬਾਅਦ ਉਹਨੇ ਮੀਡੀਆ ਨਾਲ ਕੁਝ ਗੱਲਾਂ ਕੀਤੀਆਂ, ਪਰ ਉਹਨੇ ਕੋਈ ਆਪਣਾ ਐਕਸ਼ਨ ਪਲਾਨ ਹਾਲੇ ਜਿਹੜਾ ਆ ਸਾਹਮਣੇ ਨਹੀਂ ਰੱਖਿਆ ਵੀ ਉਹ ਕੀ ਕਰਨਾ ਚਾਹੁੰਦਾ। ਇਹ ਤਾਂ ਕਿਹਾ ਵੀ ਮੈਂ ਕਿਸਾਨ ਅੰਦੋਲਨ ਦੇ ਨਾਲ, ਪਰ ਇਹ ਨੀ ਦੱਸਿਆ ਕਿ ਉਹ ਕਿਸਾਨ ਅੰਦੋਲਨ ਦੇ ਨਾਲ ਕਿੱਦਾਂ, ਕੀ ਕਿਸਾਨ ਅੰਦੋਲਨ ਦੇ ਪੈਰੋਲਰ ਉਹਨੇ ਕੋਈ ਆਪਣਾ ਮੋਰਚਾ ਸ਼ੁਰੂ ਕਰਨਾ ਹੈ? ਜਿੱਦਾਂ ਕਿਸਾਨ ਅੰਦੋਲਨ ਦੇ ਸ਼ੁਰੂ ਚ ਜੋ ਦਿੱਲੀ ਵੱਲ ਨੂੰ ਜਾ ਰਹਾ ਸੀਗਾ ਕਿਸਾਨ ਅੰਦੋਲਨ, ਉਸ ਤੋਂ ਪਹਿਲਾਂ ਹੀ ਕਿਸਾਨ ਅੰਦੋਲਨ ਜਾਂ ਕਿਸਾਨ ਜਥੇਬੰਦੀਆਂ ਦੇ ਪੈਰੋਲਰ ਉਹਨੇ ਸ਼ੰਭੂ ਮੋਰਚਾ ਲਾ ਲਿਆ ਸੀ ਜਿਹੜਾ ਅੰਬਾਲੇ ਦੀ ਹੱਦ ਤੇ ਹੈ। ਉਹ ਸ਼ੰਭੂ ਮੋਰਚੇ ਤੇ ਉਹਨੇ ਆਪਣਾ ਵੱਖਰਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਸੀ। ਕਿਸਾਨਾਂ ਦੀਆਂ ਮੰਗਾਂ ਦੇ ਸਾਈਡ ਤੇ ਉਹਨੇ ਇੱਕ ਏਜੰਡਾ ਆਪਣਾ ਰੱਖਿਆ ਸੀ, ਉਹ ਏਜੰਡਾ ਫਿਰ ਤੋਂ ਲਿਆਉਣਾ ਚਾਹੁੰਦੇ ਹੈ ਨਹੀਂ ਸਦਕੇ ਲਿਆਉਣ, ਪਰ ਕੀ ਕਿਸਾਨ ਅੰਦੋਲਨ ਨੂੰ ਦਿੱਤੇ ਗਏ ਸੱਦੇ ਨੂੰ ਜਿਸ ਤਰੀਕੇ ਦੇ ਨਾਲ 26 ਜਨਵਰੀ ਦੇ ਵਿੱਚ ਉਸ ਸੱਦੇ ਦਾ ਟਰੈਕਟਰ ਪਰੇਡ ਦਾ ਮਿਸਯੂਜ਼ ਹੋਇਆ, ਤੇ ਏਦਾਂ ਦੀ ਕੋਈ ਘਟਨਾ ਤਾਂ ਨਹੀਂ ਵਾਪਰ ਜਾਏਗੀ। ਇਸੇ ਕਰਕੇ ਪਾਰਲੀਮੈਂਟ ਦਾ ਮਾਰਚ ਜਿਹੜਾ ਹਾਲ ਫਿਲਹਾਲ ਜਥੇਬੰਦੀਆਂ ਨੇ ਉਹਦੀ ਤਰੀਕ ਨਹੀਂ ਦਿੱਤੀ, ਮੈਂ ਉਹਨਾਂ ਨੂੰ ਡਰ ਹੈ ਕਿ ਪਾਰਲੀਮੈਂਟ ਵੱਲ ਮਾਰਚ ਕਰਦੇ ਆ 26 ਜਨਵਰੀ ਵਰਗੀਆਂ ਘਟਨਾਵਾਂ ਨਾ ਵਾਪਰ ਜਾਣ। ਸੋ ਦੀਪ ਸਿੱਧੂ ਰਿਹਾ ਹੋ ਗਏ ਨੇ, ਉਹਨਾਂ ਦਾ ਇੱਕ ਫੋਲੋਸ਼ਿਪ ਹੈਗੀ ਹੈ ਕਿਉਂਕਿ ਮੀਡੀਆ ਚੋਂ ਰਹਿੰਦੇ ਨੇ, ਅਕਸਰ ਸੋਸ਼ਲ ਮੀਡੀਆ ਤੇ ਖਾਸ ਤੌਰ ਦੇ ਉੱਤੇ ਲਾਈਵ ਹੋ ਕੇ ਕਈ ਗੱਲਾਂ ਕਰਦੇ ਆ, ਉਹਦੇ ਦਿਲਾਂ ਚ ਉਡੀਕ ਰਹੇਗੀ ਕਿ ਕਦੋਂ ਉਹ ਲਾਈਵ ਹੋ ਕੇ ਆਪਣਾ ਕੋਈ ਐਕਸ਼ਨ ਪਲਾਨ ਦੱਸਣਗੇ, ਉਹ ਕੀ ਕਰਨਾ ਚਾਹੁੰਦੇ ਆ, ਕੀ ਉਹ ਕਿਸਾਨ ਅੰਦੋਲਨ ਦੀ ਲੀਡ ਜਿਹੜੀ ਕਰ ਰਹੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਦਿੱਤੇ ਹੋਏ ਪ੍ਰੋਗਰਾਮ ਨੂੰ ਡਿਸਿਪਲਿਨਡ ਢੰਗ ਦੇ ਨਾਲ ਲਾਗੂ ਕਰਨਗੇ, ਜਾਂ ਇਸ ਅੰਦੋਲਨ ਦੇ ਪੈਰਲਰ ਇਸ ਅੰਦੋਲਨ ਦੇ ਵਿੱਚ ਰਹਿੰਦਿਆਂ ਹੋਇਆਂ ਅੰਦੋਲਨ ਦੇ ਪੈਰਲਰ ਆਪਣਾ ਕੋਈ ਡੰਡਾ ਲੈ ਕੇ ਫਿਰ ਤੋਂ ਪੇਸ਼ ਹੋਣਗੇ। ਇਹ ਤੈਅ ਕਰੇਗਾ ਕਿ ਕਿਸਾਨ ਅੰਦੋਲਨ ਦੇ ਉਹ ਪੱਖ ਚ ਨਿਤਰਦੇ ਨੇ
ਜਾਂ ਕਿਸਾਨ ਅੰਦੋਲਨ ਦੇ ਨਾਂ ਤੇ ਆਪਣੀ ਇੱਕ ਨਵੀਂ ਪੋਲਿਟਿਕਸ ਜਿਹੜੀ ਆ ਉਭਾਰਦੇ ਨੇ। ਸਾਸੋ ਲੱਖਾ ਸਧਾਣਾ ਦੇ ਭਰਾ ਦੇ ਉੱਤੇ ਤਸ਼ੱਦਦ ਹੋਇਆ ਜੇਲ੍ਹ ਦੇ ਵਿੱਚ ਤੇ ਉਸ ਦੇ ਉੱਤੇ ਕੋਈ ਹੋਰ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। पुलिस वाले ने कि अपने भरा नू हटा लो नहीं तो फिर इनकाउंटर भी हो सकता है, एक जी गल उन्होंने दसी है। पर गैर कानूनी ढंग के नाल हिरासत दे विच जिद्दां नू रखा गया जिन्हें दिल्ली की पुलिस ने पंजाब जाके गैर कानूनी तरीके चुकया उसके खिलाफ पटीशन जिहड़ियां आ हाईकोर्ट च भी है ते एक अद्धी पटीशन शायद लोकल लैवल से भी पै सकती है या पाई भी हो सकती है। पर इस मसले के उत्ते खुद लखे सधाणे वालों किसी तरीके का कोई वखरा कोई ऐलान बयान साडे सामने नहीं है, पर लखा सधाणा ते उहदे जिहड़े हमदर्द ने जां उहदे जिहड़े प्रशंसक ने ਉਹ ਵਾਰ ਵਾਰ ਇਹ ਗੱਲ ਕਹਿ ਰਹੇ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਹੈ, ਅਸੀਂ ਏਕਤਾ ਚਾਹੁੰਦੇ ਹਾਂ, ਸਮੁੱਚਾ ਏਕਾ ਜਿਹੜਾ ਆ ਉਹੀ ਇਸ ਅੰਦੋਲਨ ਨੂੰ ਜਿਤਾਏਗਾ। ਇਹ ਲਫ਼ਜ਼ਾਂ ਦੇ ਵਿੱਚ ਇਹ ਗੱਲਾਂ ਹੋ ਰਹੀ ਹੈ, ਪ੍ਰੈਕਟਿਸ ਦੇ ਵਿੱਚ ਕਿੱਦਾਂ ਹੋਣਗੀਆਂ ਇਹ ਹੁਣ 30 ਅਪ੍ਰੈਲ ਵੀ ਆਪਣੇ ਸਾਹਮਣੇ ਆਉਣ ਵਾਲੀ ਹੈ। ਕੱਲ ਵੀ ਥੋੜਾ ਮੈਂ ਦੱਸਿਆ ਸੀ ਕਿ 30 ਅਪ੍ਰੈਲ ਦਾ ਇੱਕ ਸੱਦਾ ਕੁਝ ਲੋਕਾਂ ਵੱਲੋਂ ਦਿੱਤਾ ਗਿਆ ਕਿ ਇਹ ਕਿਸਾਨ ਜਥੇਬੰਦੀਆਂ ਨੇ ਤਾਂ ਪਾਰਲੀਮੈਂਟ ਚ ਘੇਰਨ ਦਾ ਆਪਣਾ ਪ੍ਰੋਗਰਾਮ ਹਾਲੇ ਦੱਸਿਆ ਨੀ, ਕਿ ਅਸੀਂ ਕੁਝ ਲੋਕ ਹੈ ਅਸੀਂ ਪਾਰਲੀਮੈਂਟ ਘੇਰਾਂਗੇ, पार्लीमेंट वाल मार्च करांगे 30 अप्रैल नूं। ओह 30 अप्रैल नूं जिहड़ा सद्दा जिन्होंने दिता उहदे थल्ले जिहड़े बेनती करता आ उहदे च अखीर च लिखा होया लखे सधाणे दे समर्थक। इहदा मतलब है कि 30 अप्रैल दे एक्शन दे विच लखे सधाणे दी वी शमूलियत हो सकदी है जां उहदी अपनी शमूलियत ना होएगी जां लखे सधाणे दी हमायत जिहड़े नौजवान उह जा सकदे आ ते फिर लखा सधाणा अपनी स्थिति नूं किद्दां स्पष्ट करेगा। इह अंदोलन दे पैर ने तुसीं नवां अंदोलन लै के किसान जथेबंदियां ने कोई सद्दा नहीं दिता, तुसीं अपना सद्दा दे रहे हो तो वह किस किस्म का होएगा तो देखना पएगा कि 30 अप्रैल में किस तरह का वह मार्च करते हैं तो उस मार्च के किन्ने क लोग जाते हैं। ये सारिया चीजा जिहड़ियां किसान अंदोलन का भी लखे सधाणे का भी भविख तय करनगियां। जिस तरह चोणां पंजाब दे विच लागे आ रही ने तो सारिया पार्टियां अकालिया तो बिना बाकी पार्टियां नूं जो बरगाड़ी दे विच कांड होया सी उसकी हुण याद आ रही है। तुसीं देखिया कि कांग्रेस के अंदर दसान साहब पिछले दिनों के विच किन्ना काटो कलेश पिया होया नवजोत सिंह सिद्धू जिहड़े आ लगातार हमलावर सी कैप्टन अमरिंदर ते बरगाड़ी दे इशू नूं लै के। आखिरी मीटिंग जिहड़ी नवजोत सिंह सिद्धू दी कैप्टन अमरिंदर नाल होई है उदों पता लग गया सी जदों उन्होंने बाहर आके ट्वीट किया इस ढंग का भी देखांगे मेरी अपनी एक हस्ती है ते अनुशासन भी जरूरी है पर अपनी हस्ती कायम रखनी भी जरूरी है। उस तो बाद लगातार कई प्रेस कॉन्फ्रेंसा की नवजोत सिंह सिद्धू ने तो क्या उन्होंने यही है भी असं इंसाफ चाहते हैं बरगाड़ी का कोटकपूरा कांड का साजी सरकार ये इंसाफ नहीं दे रही, सरकार वालों सही तरीके केस ही नहीं पुट किया गया। यह नवजोत सिंह सिद्धू ने गल्लां उठाइया जी एक्सटेंशन के रूप में असं कल दी पंजाब की कैबिनेट की मीटिंग देख सकते हैं जिदे कैबिनेट मंत्री सुखजिंदर सिंह रंधावा ने कुछ गल्लां उठाइया, उन्होंने कहा कि असीं लोगों नूं की जवाब दईए, कैप्टन अमरिंदर नूं क्या लोगों नूं की जवाब दईए, लोग सब तो पुछदे है कि तुहाडी सरकार ने कीता की है। लोग ये भी कहते हैं कि तुसीं तां बादलां नाल रले हुए हो। यह गल्लां उठाउण तों बाद सुखजिंदर सिंह रंधावा ने अपना अस्तीफा दे दिता। वक्खरी गल है कि अस्तीफा जिहड़ा आ पार के सुटता कैप्टन अमरिंदर ने ते नाल दी नाल सुनील डाखड़ जिहड़े पंजाब कांग्रेस दे प्रधान है उन्होंने भी अस्तीफा दिता। यही कह के भी सानू लोगों की कचहरी च जाना पैंदा, लोग सानू सवाल करदे असीं की कहीए, उन्होंने अस्तीफा भी पारता। पर इहदे नाल नाल दी नाल पंजाब दे विच इक नवीं पॉलिटिक्स शुरू हो गई, कांग्रेस पार्टी की अंदरूनी जिहड़ा काटो कलेश तुसीं कह रहे हो उह सतह ते आ गया, सामने आ गया। कैप्टन अमरिंदर ने इस कैबिनेट की मीटिंग तो बाद एक प्राइवेट चैनल इंटरव्यू दी, इस उन्होंने सीधा हमला बोलिया नवजोत सिंह सिद्धू से, यह कह के कि नवजोत सिंह सिद्धू जनरल देखना चाहते हैं तो आ जाए पटियाले, आ जाए तो पटियाले मेरे खिलाफ चोन लड़े जिदा जनरल जी जे सिंह की जमानत जब्त कराई थी, मैं इदा यही करा जिदा की मतलब होया। मतलब होया कि कैप्टन अमरिंदर अपने ही सबका मंत्री
कि अपनी कांग्रेस पार्टी के विधायक नवजोत सिंह सिद्धू ना लीक वाके लड़न की लड़ाई से आ गए आ किसी भी कीमत पर कैप्टन अमरिंदर और नवजोत सिंह सिद्धू प्रवान करने वाले नहीं। उनके जवाब में नवजोत सिंह सिद्धू ने यही कहा कि लड़ना उन्होंने अपनी थान पर ट्वीट किया भी मैं तो इंसाफ की लड़ाई लड़ रहा है कि मैं आखिरी दम तक लड़ूंगा। और इंसाफ की लड़ाई कि वोट पॉलिटिक्स का यह किस्सा है जहां नवजोत सिंह सिद्धू जिस तरह का चैलेंज करता कैप्टन अमरिंदर ने की नवजोत सिंह सिद्धू और सचमुच पटियाले के एक्टिव होकर उसे इलेक्शन लड़नगे कि वालों लड़नगे किसी पार्टी वालों लड़नगे या अपनी पार्टी बनाएंगे यह तो भविख के गर्भ च पिया। पर हालात इदा के बन गए है कि मुकाबले के भी कोई है नहीं पंजाब कांग्रेस का कैप्टन अमरिंदर के मुकाबले च भी कोई है नहीं क्योंकि अकाली दल खिंडिया पुड़िया इस सिचुएशन के आम आदमी पार्टी किन्ना कि लाभ लै सकती है उन्होंने डिपेंड करता है। दूजी गल है कि पर नाल दी नाल विरोधी अपने घर से पैदा होने शुरू हो गए ये जो विरोधी है ये सुखविंदर सिंह रंधावा या सुनील जाखड़ कल नवजोत सिंह सिद्धू की सोच सुन बुलाएंगे जा अपना दोबारा अस्तीफा देने का जरा कोई ना कोई गल करेंगे क्योंकि लोग भी कह रहे हैं भी एक किस्म का अस्तीफे का ड्रामा किया गया कि अपनी भल बनाने लिए हाँ अभी तो लोगों के पक्ष के बच्चे हैं पर कैप्टन अमरिंदर घिर गए कैप्टन अमरिंदर की हम जवाबदेही बनती है घट्टो घट कोटकपुरा बहबल कलां गोली कांड के मसले के उत्ते जांच रिपोर्ट जिदा रद्द हुई या कोर्ट विजय प्रताप सिंह का जिदा रिजाइन आया इतने हम नवी एस आई टी बनाती है कैबिनेट ने फैसला कर लिया नवी एस आई टी बना दो छह महीने के मसला हल करो कैप्टन अमरिंदर ये उत्ते स्पष्ट होकर जवाब की देंगे है सवाल उन्होंने है जवाबदेही उन्होंने वाल है। जी साहब मैनू लगता भी ये सारे इकट्ठे हो जाएंगे आम आदमी पार्टी को भी एक स्ट्रोंग लीडर चाहिए अगलियां चोणां जित्तण नूं जे नवजोत सिद्धू नूं उह मुख्यमंत्री का उम्मीदवार चुन लैंदे ने ते कमर विजय प्रताप सिंह होया खैरा होया बैंस भरा होए ये सारे जे इकट्ठे हो जाते आ तो फिर कांग्रेस की सरकार कित्थों बन सकती है। देखो इन्हां दे इकट्ठे हो जाणगे तां आपां इक नक्शा बना रहे हां वी इदां इकट्ठे हो सकदे आ पहली गल तां इही सवाल है कि इह इकट्ठे हो सकदे मान लो इकट्ठे हो गए पर सारे जिहड़े है हड़े वर्ते लीडर है वक् वक् पोलीटिकल पिट भूमि इन्हां दी ते वक् वक् इन्हां दे सियासी विचार है ते कल्चर इको जिहा कल्चर इस किस्म दा इको जिहा कि सारे एक अनार सौ बीमार वाली गल है सारे मुख्यमंत्री कुर्सी भालदे है कि कैप्टन की नवजोत सिंह सिद्धू नूं भगवंत मान बर्दाश्त करनगे उह भगवंत मान जिन्हां ने सुखजा सिंह छोटेपुर भी बाहर का रस्ता दिखाया गुरप्रीत घुग्गी भी बाहर का रस्ता दिखाया सुखपाल सिंह खहरे भी गांधी भी रस्ता दिखाया। सो अल्टीमेटली की है सारे जिहड़े लोग है एक थां इकट्ठे होके बण बण की लकड़ी जिहड़ी है अपनी अपनी ईगो छड्ड देणगे। वड्डा सवाल यह है कि इहनां च सुपर ईगो आ हर बंदा समझदा मैं वड्डा हर बंदा समझदा मैं ज्यादा काबिल है तो यह बण बण की लकड़ी इकट्ठी होके की मुकाबला कर लेगी ये अपने आप च क्वेश्चन है। पर पोलीटिकली सियासी तौर के उत्ते कुछ भी पॉसिबल होंगे सियासत में भविखबाणियां नहीं की जा सकती सियासी तौर पर यह पॉसिबिलिटी है कि कल ये भी इकट्ठे हो जाए आम आदमी पार्टी जी हूं तक यह रहा भी जिन्हें साड़ी चोणा अपनी पार्टी भंग करके आए जिस कल आम आदमी पार्टी अपना यह बदल लेने रवैया वो कहते आओ सू सारे गल लाने फिर लीडर कौन होएगा इस धिर का फिर जे दो अकाली दल इकट्ठे हो रहे हैं डेमोक्रेटिक अकाली दल से टकसाली अकाली दल वह किथे जाएंगे बहुत सारिया चीजा ने हाल फिलहाल जरा खिड़िया पुड़िया सारा कुछ दिखाई दे रहा एक सूत्र के कल कॉमन मिनिमम प्रोग्राम बना के जो इकट्ठे हो जाते हैं फिर उदो इन्हों का जरा काम करने का तरीका जरा आदि हवाले अभी दस सकेंगे भी कि मुकाबला करने योग है। जी तुहानू लगता तुहाडे कहण का मतलब है भी पंजाब दी अगलियां चोणां दे विच पूरी खिचड़ी घुलेगी। बिल्कुल बिल्कुल तुसीं देखोगे कि कोई भी तुसीं खिचड़ी लफ्ज़ वरत्या कोई भी लोकां दे पक्ष की नीति बना के उहदे ते पहरा देण वाली राजनीति जिहड़ी है जिहड़ी घाट है इस वेले उह कोई भी पूरी करदा नहीं दिखाई दे रहा सिर्फ कुर्सी युद्ध होएगा ते कुर्सी युद्ध दे विच वख वख सियासी खिचड़ियां जिहड़ियां असीं इस रूप दे विच देखांगे। सो इह जिहड़ियां खिचड़ियां ने किन्ना क हाजमा किसी का ठीक कर दी है आम तौर पर खिचड़ी जिहड़ी है वह बीमार व्यक्तियों को खवाई जाती है ते इह खिचड़ी की बीमार किस्म की पोलीटिकल जिहड़े साडे सीन ने उहदे विच कोई माड़ा मोटा सुखावां किस्म का दृश्य जिहड़ा
पैदा कर सकेगी या नहीं, ये देखने वाली गल रहेगी। एक ब्याह होया, कोई खबर आ रही है भी उत्थे लावां हो रही सी, ते हिंदू वेडिंग सी, उत्थे ग्रूम नू कोई प्रॉब्लम आई, जदों उन्हूं टेस्ट किया गया तो वह ग्रूम जेड़ा जेदा ब्याह सी वह पॉजिटिव पाया गया। चंगी खबर है कि बहुत सारे मुल्कां ने भारत को अपनी मदद की पेशकश की है, बहुत सारे मुल्कां तो वेंटीलेटर ऑक्सीजन बहुत बड़ी तादाद दे विच आ रही है, जिहड़ी कि एक चंगी खबर है। भारत ने भी की है, भारत ने अपना बाद देखा साड़ी की प्रॉब्लम होनी है, सानू किस कमी नाल जूझना पै सकता है, ते बहुत सारी जिहड़ी बना के जिहड़ी वैक्सीन है साड़ी 600 डोज जिहड़ी है वैक्सीन की पहले ही एक्सपोर्ट करती भारत ने वक्त वक्त मुल्कों को दी है, पर अपनी प्रॉब्लम आ रही है। तो इस प्रॉब्लम के जिहड़ा विश्व भाईचारा है, इंटरनेशनल जिहड़ी साड़ी फैमिली है, इहनू असीं कहिंदे आ विश्व भाईचारा, संसार भाईचारा, वो जरूर भारत के नाल खड़ा दिखाई दे रहा है। ये बहुत पॉजिटिव है, इस तरह की प्रॉब्लम के इस तरह के संकट के मुल्कों का एक दूजे मुल्कों की खड़ना ये जरूर दसदा है कि यह नहीं है कि सारा कुछ गुम गुआच गया, हाले भी विश्व भाईचारा कायम है। तो जो इस तरह के संकट आते हैं तो इस तरह की मदद जी हर व्यक्ति को लोड़ी हो सकती है, हर मुल्क को लोड़ी हो सकती है, भारत भी अपने गुआढ़ी मुल्कों की अक्सर मदद करता रहता है। तो लाजमी है कि जो हम भारत के संकट है तो बाकी मुल्क जे खास तौर से विकसित मुल्क जे भारत की मदद भी अगे आए हैं, ये बहुत पॉजिटिव खबर है। जहां साहब थोड़ा बहुत बहुत धन्यवाद, अपना ध्यान रखो, अपने परिवार का ध्यान रखो, कल के प्रोग्राम आप फिर गलबात करेंगे। थैंक यू सो मच। शुक्रिया जी, मेहरबानी।